اللهم اپنے اپنے جائز حاجات دی قبولیت دی خاطر صلوات پڑھو. اللهم صل علی اپنے مریضاں دی شفا یابی دی خاطر بلند صلوات پڑھو. اللهم صل علی محمد وآل محمد. نعرہ تکبیر اللہ اکبر, نعرہ رسالت یا رسول اللہ, نعرہ حیدری یا علی علیہ الصلوۃ والسلام, عبادت ہے مل کے حیدری یا علی علیہ الصلوۃ والسلام, دو چار بندے شامل نہیں ہوئے ملا کے حیدری یا علی علیہ الصلوۃ والسلام, چوتھا نعرہ حیدری یا علی علیہ الصلوۃ والسلام, عبادت دی قبولیت دی خاطر دوویں ہاتھ بلند کر کے پنجواں نعرہ حیدری یا علی علیہ الصلوۃ والسلام. صلوات سارے صحبان پڑھو. اجازت ہے سن. اعوذ باللہ من الشیطان اللعین الرجیم. بسم اللہ الرحمن الرحیم. صلوات وبه نستعین وصلی اللہ محمد محمد ویال محمد. اچی صلوات رب شرح لی صدری و یسر لی آمری وحل العقدۃ من لسانی یفقہ قولی. بے حق لسان صدقان علی سونی صلوات. وصلاة وسلام ولا سیادات الجلیلۃ المخدومۃ المحرومۃ, جڑی خالی ولی آئی آن حق میرا سے ابھی ہا ولی وطان تباج بھراوا دے. جڑے مکانی عددار ٹر رہے ہو, کوئی لمحہ ضائع نہیں کیتا. جن دلاں چ قبر حسین ہے روندا ہر بندہ نہیں روندا وہ جنوں علی دیاں دھیاں دے اجڑن دا درد ہوندا ہے. ولی 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 وطان تباج بھراواں دے, گھن پوتر بیمار دی ٹھیک گھن زخمی نو بھر جایاں کوں آیا داخل تھئی گھر پیک. میرا وطن ہے ہر چہرے تے میری نگاہ اے تھوڑے بندے ہے کی تھی عزت آلیوں یاد رکھیا ہے مجلس ختم ہووی گھر ٹر ونجے تنہائی اجبے کے علی دیدی دا نقصان گنے زیور لہ گئے نشان رہ گئے. ممبر حسین دی قسم اوکھی ولی آئی ولی وطان تباج بھراواں دے,
ਘੇਨ ਪੁੱਤਰ ਬਿਮਾਰ ਦੀ ਟੇਕੇ ਵਾ ਘੇਨ ਜ਼ਖਮੀ ਨਾ ਭਰ ਜਾਇਆ ਕੁਵਾਇਆ ਦਾਖਲ ਥਈ ਘਰ ਪੇਕੇ ਰੋਵਣਾ ਹੀ ਦਸਰ ਜਾਵੇ ਮੈਂ ਪਿਆਦਾ ਰਹੀਏ ਜ਼ਖਾਮ ਲੁਕਾਏ ਦੀ ਹਾਏ ਵਾ ਕਿਸਰੀਆਂ ਦੇ ਵਾ ਅੱਬਾਸ ਦੀ ਮਾਂ ਨਾ ਵੇਖੇ ਵਾ ਮਤ ਮਰਾਣ ਤੂੰ ਪਹਿਲੇ ਮਰ ਜਾਵੇ ਵਾ ਨਾ ਕੈਦ ਮੇਰੀ ਦਾ ਸੁਣ ਕੇ ਬਿਸਮਿਲ੍ਲਾ ਕਰਾਂ ਸੋਹਣਿਆ ਕੀਤੀ ਹੱਕ ਨਹੀਂ ਬਣਦਾ ਬੰਦਾ ਮਾਤਮੀ ਅਜ਼ਾਦਾਰ ਹੋਵੇ ਮਜਲਿਸ 'ਚ ਆਵੇ ਰੋਣਾ ਤੁਹਾਡੇ ਵੱਸ 'ਚ ਨਹੀਂ ਹੁੰਦਾ ਹੈ ਬੰਦੇ ਦੇ ਵੱਸ 'ਚ ਹੁੰਦੀ ਸੋਹਣਿਆ ਸੁਹਾਗ ਹੈ ਮਜਲਿਸ ਦੀ ਕਬੂਲੀਅਤ ਦੀ ਖਾਤਰ ਇੱਕ ਹਦੀਅਤ ਜੁਮਲਾ ਫਜ਼ਾਇਲ ਦਾ ਅਵਲ ਤੋਂ ਆਖਿਰ ਜਿਤਨੇ ਅਜ਼ਾਦਾਰ ਤਸ਼ਰੀਫ ਫਰਮਾਓ ਵਾਜਿਬ ਸਮਝ ਕੇ ਸਲਵਾਤ ਪੜ੍ਹੋ ਅੱਲਾਹੁਮ ਦੁਆ ਹੈ ਹੁਸੈਨ ਬਾਦਸ਼ਾਹ ਦਾ ਕਰੀਮ ਅੱਲਾਹ ਤੁਹਾਡਾ ਟੁਰਾਇਆ ਕਬੂਲ ਫਰਮਾਵੇ ਬਾਨੀਆਨ ਖਾਨ ਸਾਹਿਬਾਨ ਦਾ ਫਰਸ਼ੇ ਅਜ਼ਾ ਵਿਛਾਇਆ ਜ਼ਾਕਰੀਨ ਦਾ ਪੜਿਆ ਮੈਂ ਹਕੀਰ ਦੀ ਹਾਜ਼ਰੀ ਵਕਤ ਦਾ ਬਾਦਸ਼ਾਹ ਇਬਾਦਤ ਸ਼ੁਮਾਰ ਫਰਮਾਵੇ ਹੁਸੈਨ ਬਾਦਸ਼ਾਹ ਦਾ ਕਰੀਮ ਅੱਲਾ ਜਿਤਨੇ ਅਜ਼ਾਦਾਰ ਜਿਤਨੇ ਕਦਮ ਚੱਲ ਕੇ ਹੁਸੈਨ ਦੀ ਜ਼ਖਮੀ ਮਾਂ ਨੂੰ ਪੁਰਸਤ ਬਣੈਨ ਮਾਲਿਕ ਅੱਲਾ ਹਰ ਕਦਮ 'ਤੇ ਇਹਨਾਂ ਨੂੰ ਅਜਰੇ ਅਜ਼ੀਮ ਅਤਾ ਫਰਮਾ ਹੁਸੈਨ ਬਾਦਸ਼ਾਹ ਦਾ ਕਰੀਮ ਅੱਲਾ ਜੋ ਅਜ਼ਾਦਾਰ ਬਿਮਾਰ ਹੈ ਮੌਲਾ ਸ਼ਿਫਾ ਦੇਵੇ ਜੋ ਪਰੇਸ਼ਾਨ ਹੈ ਮੌਲਾ ਪਰੇਸ਼ਾਨੀਆਂ ਦੂਰ ਫਰਮਾਵੇ ਯਾਦ ਰੱਖੋ ਦੁਆ ਮਾਨੇ ਦੇ ਦਸਤਕ ਹੁੰਦੀ ਹੈ ਮਾਸੂਮ ਦਾ ਫਰਮਾਨ ਹੈ ਜਿਵੇਂ ਵਾਰ ਵਾਰ ਦਸਤਕ ਦੇਵਣ ਨਾਲ ਬਿਲਾਖਿਰ ਦਰਵਾਜ਼ਾ ਖੁੱਲ੍ਹਦਾ ਹੈ ਮਾਸੂਮ ਫਰਮਾਉਂਦੇ ਨੇ ਇਸ ਤਰ੍ਹਾਂ ਵਾਰ ਵਾਰ ਆਮੀਨ ਆਖਣ ਨਾਲ ਦੁਆਵਾਂ ਨੂੰ ਸ਼ਰਫੇ ਕਬੂਲੀਅਤ ਨਸੀਬ ਹੁੰਦਾ ਦੁਆ ਤੁਹਾਡੇ ਵਾਸਤੇ ਮੰਗ ਰਹੇ ਹਾਂ ਬਖੀਲ ਹੁੰਦਾ ਉਹ ਬੰਦਾ ਜਿਹੜਾ ਅੱਲਾਹ ਤੋਂ ਮੰਗਣਾ ਪਸੰਦ ਨਹੀਂ ਫਰਮਾਇਆ ਮਾਲਿਕ ਅੱਲਾ ਜਿਤਨੇ ਹਾਜ਼ਰ ਨੇ ਸਗੀਰਾ ਕਬੀਰਾ ਗੁਨਾਹ ਮਾਫ਼ ਫਰਮਾ ਹੁਸੈਨ ਬਾਦਸ਼ਾਹ ਦਾ ਕਰੀਮ ਅੱਲਾ ਜੋ ਅਜ਼ਾਦਾਰ ਪਰੇਸ਼ਾਨ ਹੈ ਪਰੇਸ਼ਾਨੀਆਂ ਦੂਰ ਫਰਮਾ ਜੋ ਬੇ ਔਲਾਦ ਹੈ ਮਾਲਿਕ ਅੱਲਾ ਮਾਤਮੀ ਫਰਜ਼ੰਦ ਅਤਾ ਫਰਮਾ ਲੱਖਾਂ ਦੀ ਇੱਕ ਦੁਆ ਵਾਰਿਸ ਦੇ ਹੁੰਦੇ ਅੰਬੇ ਵਾਰਿਸ ਹੋ ਗਏ ਹੈ ਮਾਲਿਕ ਅੱਲਾ ਸਾਡੇ ਵਾਰਿਸ ਹਕੀਕੀ ਦਾ ਜਲਦ ਜ਼ਹੂਰ ਫਰਮਾ ਸਾਨੂੰ ਇਸ ਕਾਬਿਲ ਬਣਾ ਕੇ ਸਾਡੇ ਇਮਾਮ ਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਕੇ ਰੱਬਾ ਨਾ ਤਕੱਬਲ ਦੁਆ ਇਨਾ ਕੰਤ ਸਮੇਂ ਨਲੀਮ ਰੱਬ ਸਲੇ ਅਲਾ ਮੁਹੰਮਦ ਵਾਲ ਮੁਹੰਮਦ ਵਾਜਿਲ ਫਰਜ ਆਲ ਮੁਹੰਮਦ ਸਲਵਾਤ ਸਾਰੇ ਸਹਿਬਾਨ ਪੜ੍ਹ ਕੋਈ ਜ਼ਿਆਦਾ ਦੇਰ ਸਮਾਂ ਖਰਾਸ਼ੀ ਨਹੀਂ ਇੱਕ ਫਜ਼ੀਲਤ ਦਾ ਜੁਮਲਾ ਮੇਰਾ ਦਿਲ ਹੈ ਬਈ ਮਜਲਿਸ ਦੀ ਇਬਤਦਾ ਹੈ ਅਤੇ ਇਬਤਦਾ ਚਾਚਾ ਇਮਾਮ ਬਖਸ਼ ਇੱਕ ਜੁਮਲਾ ਸ਼ਾਨ ਰਿਸਾਲਤ ਦਬੜਿਆ ਜਾਵੇ ਸਾਰਿਆਂ ਦੀ ਯਕੀਨ ਹੈ ਹੇ ਜੋ ਤੁਸੀਂ ਸਾਰੇ ਜ਼ੁਬਾਨ ਹੀ ਰੱਖਦੇ ਹੋ ਅਤੇ ਮਜਲੇ ਸਜਾਈ ਬੋਲਣ ਵਾਸਤੇ ਹੋ ਅਤੇ ਮੇਰਾ ਸਾਰਿਆਂ ਦੇ ਅੱਗੋਂ ਇਹ ਤਕਾਜ਼ਾ ਨਹੀਂ ਵੀ ਸਾਰੇ ਬੰਦੇ ਮੇਰੇ ਨਾਲ ਬੋਲਣ ਕਿਉਂ ਹਰ ਬੰਦਾ ਮਜਲਿਸ ਵਿੱਚ ਆਉਂਦਾ ਨਹੀਂ ਹਰ ਬਹਿੰਦਾ ਨਹੀਂ ਹਰ ਬੰਦਾ ਬੁਲੈਂਦਾ ਨਹੀਂ ਜਿਵੇਂ ਹਰ ਬੰਦੇ ਨੂੰ ਪੜ੍ਹਨ ਦਾ ਡਰ ਨਹੀਂ ਆਉਂਦਾ ਨਾ ਇੰਨੇ ਤਰ੍ਹਾਂ ਹਰ ਬੰਦੇ ਨੂੰ ਸੁਣਨ ਦਾ ਡਰ ਹੀ ਨਹੀਂ ਆਉਂਦਾ ਜ਼ੁਬਾਨ ਜ਼ਿਕਰ ਹੁਸੈਨ ਜ ਹਰ ਨਹੀਂ ਬੁਲੈਂਦੀ ਬੁਲੈਂਦੀ ਉਹ ਜ਼ੁਬਾਨ ਹੈ ਜਿਹਦਾ ਬੋਲਣ ਚੌਦਾਂ ਨੂੰ ਚੰਗਾ ਲੱਗਦਾ ਆਉਂਦਾ ਤਖਲੀਕ ਆਦਮ ਤੋਂ ਕਈ ਹਜ਼ਾਰ ਸਾਲ ਪਹਿਲੇ ਅੱਲਾਹ ਦੇ ਨਬੀ ਨੇ ਇੱਕ ਸਾਕੇ ਅਰਸ਼ 'ਤੇ ਸਜਦਾ ਦਿੱਤਾ ਉਸ ਸਜਦੇ ਦੀ ਹਿੱਦਤ ਔਰ ਸ਼ਿੱਦਤ ਦੀ ਵਜ੍ਹਾ ਤੋਂ ਪੈਗੰਬਰ ਦੀ ਪੇਸ਼ਾਨੀ 'ਤੇ ਕੁਛ ਪਸੀਨਾ ਜਾਰੀ ਹੋਇਆ ਫਿਤਰਤ ਦਾ ਤਕਾਜ਼ਾ ਪਸੀਨਾ ਆਵੇ ਚਾਚਾ ਦੋ ਤਰੀਕਿਆਂ ਨਾਲ ਬੰਦਾ ਸਾਫ਼ ਕਰਦਾ ਪਹਿਲਾ ਤਰੀਕਾ ਕੱਪੜਾ ਤੌਲੀਆ ਰੁਮਾਲ 'ਚ ਆਇਆ ਇਹ ਇਸ ਅੰਦਾਜ਼ ਨਾਲ ਪਸੀਨਾ ਸਾਫ਼ ਸਕੀ ਕੱਪੜਾ ਤੌਲੀਆ ਰੁਮਾਲ ਨਾ ਹੋਵੇ ਨਾ ਤੇ ਬੰਦਾ ਹੱਥ ਬੁਲੰਦ ਕਰਦਾ ਇਹਨਾਂ ਉਂਗਲੀਆਂ ਦੀ ਮਦਦ ਨਾਲ ਜਮ੍ਹਾਂ ਕਰਕੇ ਬੰਦਾ ਪਸੀਨਾ ਜ਼ਮੀਨ 'ਤੇ ਚਸਟਿੰਦਾ ਇਨਸਾਨ ਦੇ ਵਜੂਦ ਦੀ ਬੇਕਾਰ ਤਰੀਨ ਸ਼ੈ ਦਾ ਨਾਮ ਹੈ ਪਸੀਨਾ ਸ਼ੀਆ ਸੁਨੀ ਤਸ਼ਰੀਫ ਫਰਮਾਓ ਹਰ ਚਿਹਰੇ 'ਤੇ ਮੇਰੀ ਨਿਗਾਹ ਮੈਂ ਬੰਦਾ ਵੇਖਣਾ ਜਿਹੜਾ ਮੁਸਤਫਾ ਦੀ ਇੱਜ਼ਤ 'ਤੇ ਬੋਲ ਸਕਦਾ ਹੈ ਪਸੀਨਾ ਆਮ ਨਹੀਂ ਬਾਈਜਾਨ ਪਸੀਨਾ ਹੀ ਅੱਲਾਹ ਦੇ ਨਬੀ ਦਾ ਅੱਲਾਹ ਦੇ ਨਬੀ ਨੇ ਇਸੇ ਅੰਦਾਜ਼ ਨਾਲ ਪਸੀਨਾ ਜਮ੍ਹਾਂ ਕਰਕੇ
ارادہ کیتا ہے میں زمین تے سٹاں، عباس تے علم دی قسم ہے جب پسینہ زمین تے نہیں آیا یا اس بے دل دا دل بن گئے، محبوب دا پہلا پسینہ ہے، رائے گاہ نہ جاوے اس چوں نبی نہ بنا چھوڑا۔ جنہ دے ہاتھ امانت دین بھائی مصطفیٰ دی عزت تے جڑے حق بلند ہو سکدے نے بھائی، ماں حسین دی عزت دے وے جڑے ذکر تشریف فرماؤ تے حاضر ہو انہاں بندے نال گل اے، اجاں زمین تے نہیں آیا اس بے دل دا دل بنیا بھائی اس چوں نبی نہ بنا چھوڑا۔ حق انج بندا اے ذکر مصطفیٰ ہوئے ذکر حسین ہوئے، بندہ جیندا جاگدا ہوئے تو کچھ نہ کچھ بولنا چاہیدا ہے، جویں تساں حق سماعت ادا کیتا ہے۔ نعرہ حیدری، یاد رکھے آئے میرا ساتھ دیا ہے، میں گل کرنی ہے اس دشمن نبی نال، ملنگ بابا جڑا شیعہ سنی نو لڑا کے نا خوش ہو کے ادب مصطفیٰ ساڈے جی آئی، ساڈے طرح ٹردا ہی، ساڈے طرح کھاندا ہی، ساڈے طرح پیندا ہی، آ میں ذرا فیصلہ کرنے آئے نا اللہ دی کتاب تے، ذرا گھر ونج قرآن پڑھے نا تسلی کر، اللہ مصطفیٰ دے پسینے چوں نبی کتنے بنائے، ملتان والوں 1,23,999 اللہ نبی بنایا ہے، آدم ہے مصطفیٰ دا پسینہ، نوح ہے مصطفیٰ دا پسینہ، صالح ہے مصطفیٰ دا پسینہ، یونس ہے مصطفیٰ دا پسینہ، زکریہ ہے چاچا مصطفیٰ دا پسینہ، ابراہیم ہے مصطفیٰ دا پسینہ، ممبر حسین دی قسم ہے میں کہ ابراہیم ہے مصطفیٰ دا پسینہ، اسماعیل ہے مصطفیٰ دا پسینہ، عیسیٰ ہے مصطفیٰ دا پسینہ، موسیٰ ہے مصطفیٰ دا پسینہ، یونس ہے مصطفیٰ دا پسینہ، یحییٰ ہے میں کہ مصطفیٰ دا پسینہ، یعقوب ہے مصطفیٰ دا پسینہ، یوسف ہے مصطفیٰ دا پسینہ، ذرا گھر ونج قرآن دا پڑھنا جن دا پسینہ ایڈا سونا ہوئے، مصر دی عورتاں ویکھن واسطے پھل کٹن دی بجائے اپنی انگلیاں کٹ لیں، تینوں شرم نہیں آتی تو آدھے ساڈے جی عقل تے کرنا جن دا پسینہ ایڈا سونا ہوے، اللہ جانے او محمد آپ کے ایڈا سونا سی، صدقہ 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 جوانی امانو بھائی، ماں حسین دی عزت دے وچ جڑے ذکر ہاتھ بلند ہو گئے، مل گئے حیدری مصطفیٰ ساڈے جی، او عقل کر جن دا پسینہ ایڈا سونا ہوے، اللہ جانے ہو مصطفیٰ آپ کے ڈس ہونا ہو سی۔ بس ایک جملہ فضیلت دا پڑھنا ہے، کچھ عمل اللہ دی کائنات جیسے نا، نہ مصطفیٰ دا مقابلہ کیتا کر، نہ حسین تے نماز دا مقابلہ کیتا کر، نہ علی تے نماز دا مقابلہ کیتا کر، کچھ عمل ایسے نا اللہ دی کائنات جنہ دا کرنا ثواب ہے، تھوڑے بندے سر ہلایا ڈھیر بندے حیران ہیں، میں کہ کچھ عمل ایسے نے جنہاں دا کرنا ثواب ہے، نماز تساں پڑھو خوش میں ہوا قبول ہو سی، دسے اے بھائی بولیا سیانے زدار تشریف فرماؤ بھائی نماز پڑھساں تو قبول ہے نا، روزہ رکھسو تو قبول ہے، زکوٰۃ نقوی صاحب دیسو تا قبول ہے، انہیں گل ہے نا، یتیم نال پیار کرنا عملاً یتیم دے سر تے پیار دا ہاتھ رکھو نا، صادق امام پہ فرمائیں جتنے ہاتھ تلے والا ہیں اللہ گناہ ہی معاف کریں دے نیکیاں چی اضافہ ہوں دے، یتیم دے سر تے عملاً پیار دا ہاتھ رکھنا ثواب ہے، کچھ عمل ایسے جنہ دا ویکھنا ثواب ہے، عباس دا علم ویکھنا ثواب ہے، ملتان علیوں کعبے دا ویکھنا ثواب ہے، 14 دا چہرہ ویکھنا ثواب ہے، مجلس دی ابتدائے تے تھوڑے نہیں ڈھیر سارے ہو، جتے مجلس ہووے وارث موجود ہوں دین، بندہ جیندہ جاگدہ ہووے تے ممبر حسین دی قسم میں بولے نہیں ہو نہیں سکتا، سر جا میرے پاس سے ویک، میں آگے کچھ عمل ایسے جنہاں دا ویکھنا ثواب ہے، 14 دا چہرہ ویکھنا ثواب ہے، اللہ دی واحد کتاب قرآن ہے جن دا پڑھنا ہی ثواب ہے جن دا ویکھنا ہی ثواب ہے، کوشش کرے آئے بھائی کوشش کرے آئے بھائی عبادت شامل ہو جاؤ جن دا ویکھنا ہی ثواب ہے، تیرے چوتھے امام دا نوکرے جن نام ہے ابو حمزہ سومالی، اس تو دعائے ابو حمزہ سومالی روایت ہے، اے حافظ قرآن ہے کاری ہے قرآن ہے، اے دے دل چ قرآن ہے، چاہتے امام باقی ایک دے رہے نا اے قرآن کھول کے بیٹھا پڑھ دائی، اے قرآن کھول کے بیٹھا پڑھ دائی، امام دا نالو گزر ہویا ہے، معصوم فرمجر ہیں ابو حمزہ تو جو حافظ قرآن ہے تو جو کاری قرآن ہے
یہ قرآن زبانی پڑھیا کر ادا مولا کدی کدی دل کریں دے قرآن کھولا تے قرآن دی زیارت کر لواں کدی کدی قرآن کھولا تے قرآن دی زیارت کر لواں ممبر حسین دی قسم بس امام دے اٹھے قدم رک گئے معصوم فرمندنا ہے ابو حمزہ کے آکھیائی آدھا مولا کدی کدی دل کریں دے قرآن کھولا تے قرآن دی زیارت کر لواں اللہ کرے بندہ میرے نالو بولے جڑا مولا تو منگنا واجب سمجھیں دا ہووے مولا کدی کدی دل کریں دے قرآن کھولا تے قرآن دی زیارت کر لواں اور ساڑے جائے آکھنا لیا سر جا میرے پاس ویگ معصوم دے اٹھے قدم رک گئے معصوم فرمندنا ہے ابو حمزہ تو ساڑھے جی اتنا فرق تا ہے نا تو ساں کدھی کدھی قرآن کھلیں دے ہو جو قرآن دی زیارت کر لوائے اساں چودہ کدھی کدھی قرآن کھلیں دے ہے قرآن ساڑھی زیارت کر لوائے صدقہ صدقہ بھئی ماں حسین دی عزت دے وے اے حد سلامت رہن کسے کمینے دے محتاج نہ ہوئے جڑے ذکر اچ بلند ہوں دے کدھی کدھی دل کریں دے قرآن کھولن تے قرآن دی زیارت کر لواں بس وقت اتنا آئی وطن والےوں ارمان اسے گل دے جڑے قدیمی عزدار تشریف فرماؤ جنہاں دی زیارت قرآن کریندا ہے رومن واسطے ذاکر کل جملے ہوندے ہنج دی خیرات بندہ آپ منگدا ہے میں کہ جنہاں دی عزت قرآن کریندا ہے اس دیاں دیاں بازاراں چ رل کے مر گئیں دی اللہ بندہ ہائے کریندا ہے ہر بندہ ہائے نہیں کریندا جڑا دھی رکھدا ہے نا او بندہ ضرور ہائے کریندا ہے دعا منگی کرو وطن والے فطرت دی بات ہے پہلے تو دعا منگی کر شالا کہندا پتر زخمی نہ ہوئے پتر زخمی ہو پوے بھائی جان فطرت زمانہ ہے والدین نو ڈھیر پیار ہوندا ہے اولاد نال جی پتر زخمی ہو پوے نا ماں پیو مرہم پٹی کرا کے نا چاچا امام بخش سم ویندن انج گل ہے نا جڑے بزرگن گوئی دے سن ماں پیو مرہم پٹی کراون دے بعد چاچا سم پوندن دعا منگی کر شا لکے دی دھی زخمی نہ ہوئے میں بسم اللہ کراں جن بندے آئے کیتی ہے بھائی ماں حسین دی عزت دے زاکری دا باپ میرے بات تشریف فرمائے ساڑے دادا استاد ہیں مولا انہوں نے زندگی دراز فرماوے اجازت ہے دادا جی بس تھوڑے جی لمحے میں کہ دعا منگی کر شلکیں دی دھی زخمی نہ ہوئے عزت حسین دی قسم ہے اگر دھی زخمی ہو پوے نا نقوی صاحب تے بندہ پھردہ ہوئے بندہ فوراً بدلا گھند ہے انہیں گا لینا تے اگر طاقت نہ رکھ دو ہوئے نا سیانی عزداروں تے ہے ضرور کرے طاقت نہ رکھ دو ہوئے وہ طاق ولا کے رون دے وہ تو دین پتران سامنے با آکے تے ہی کا وسیعت کریں دے جدہ ہی پھر پوے آئے نا فلاں بندے میری دین مارے ہے کیڑا عزدار ہے جنہی اس جملے تے ڈھار نہیں نکل دی کدہ ہی سوچے ہی جنہی دھی 72 بازار مرین دی رہی ہے میں اس بندے نو شیعہ نہیں منیندہ جڑا بندے اس جملے تے آئے پڑا حسین دی بہن دی غربت تے تو آسے پاسے بیکھے کدہ ہی سوچے ہی جنہی دھی میں کہے 72 بازار مرین دی رہی ہے پتھر مرین دے ہیں دے نہیں آدھی نہ مارو میں تھک پئیاں آدھی مارو سہی مگر میرے بھرانو باغی ناکھو یہ حسین بچاون واسطے میں شام پہی بین دیا میرا اللہ مہربانی فرما میں میری دعا قبول کریں میں حسین بچا لوں جنہیں بندے سطر تے ہائی کیتی ہے نا اس سرچے بے آئے تھے اگلی سطر سنے آئے جنہیں دلنچ قبر حسینے میں کدھا ہی نہیں آکھیا ڈھیر رومے تے گھر تے روسیں نہیں نہیں تو اتنا روس ہے جتنا حسین دی ماں چاہن دیئے کیوں جو ہاں جو اس سے اکھ چوان دیئے جن دی اکھ تلے حسین دی ماں دا رومال آن دے اپنے آنسو عام نہ سمجھے کر اے حسین دا مرہم بن دین اے حسین دی ماں دی اپنی سیلیکشن ہون دیئے ہر بندہ مجلے سے جنہی آن دے نا اتنے مصروف دورے چھ کم کا چھوڑ کے صفتے آ بیٹھے نا آپ کو نہیں آیا تینو حسین دی ماں بلایا ہے تو میں کونوں نہ تینو جھنک دے ون اللہ
इज्जत आले आदि मेरा अल्लाह मेरे दुआ मुस्तजाब करें, कोशिश वदी करें दियाँ शाला हुसैन बचा लवा। दसन जो हुसैन बचाया किवें सू? चाचा इमाम भाई जाकरी का जुमला है ना भाई, हुसैन तौहीद बचाइए 9 घंटे च। इन गल है ना भाई, 1,24,000 मेहनत नबियां दी हुसैन बचाइए, हुसैन तौहीद बचाइए नकवी साहब 9 घंटे च। बंदा केड़ा जिंदी डाह नहीं निकलती, भैन भिरा बचाया है पौने 2 साल च, पौने 2 साल लग गए आलिया नू भिरा बचाने। मिंबर हुसैन की कसम है, जिदा वापस वली आई ना नाने की कबर ते भिरा दा जख्मी कमीज रखे, नबी की कबर हलावे खा गई है ते कबर ते हथ रख के दे है ना ना तेन पुत्र दा जख्मी कमीज विखाया है, नाना तेरी कबर हलावे खा गई है। कदी रात दे वेले आसा नाना मैं सर तू चादर हटाए सा, वत आप इंसाफ करें तेरे पुत्रां नू ढेर मारे ने या तेरियां धीआं नू ढेर मारे। अलहम्दुलिल्लाह 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 मातम करन वाले जिहड़े अज़ादार तशरीफ फरमाओ, मातम सवाब है। हथ ही बंदा रख दो वे ना ते मातम ही करे ते रोवे सही, असगर दी मां दी सुन्नत है। इज्जत दालियो मिंबर गवाह है ते वत वली है ते वत मां नाल इक गल कीती सी, तां एक जुमला सुनो तो दे बाद एक वैन करना है। मेरा दिल है मैं तुहानू दसां जो अली दी धी वतन ते वली कीवें। इज्जत दालियो मां दे नाल इक गल कीती, गल इक चाचा जाकरी दा एक बाप बंदे इन्हें मां की कबर ते मत्था ला के ना हौले हौले आदि भाई अम्मा एक बारी कबर चु बहरा, अम्मा दरबार तू ही गई अवे, अम्मा उस सहाबी दा दरबार आई, अम्मा मैं शराबी दे दरबार गई हाँ। मिम्बर हुसैन की कसम है, रो रो के गल हिक पई करनी। मैं कह यो जुमला आ जाने वापस आके भाई कि बंदा जी डा ना निकले ते जाकरी दा बाप मां दी कबर ते मत्था ला के अख वसदियां पईयां ते हौले हौले आदि बैठी, अम्मा मैं तेरे पुत्र नू बचाया है पौने 2 साल च, अम्मा 71 बाजार च मैं तेरा पुत्र बचाया है, अम्मा मैं तेरा पुत्र बचा आई हाँ, जरा मेरी किस्मत वेख, जिदन तेरे पुत्र दी पहचान करा ली है मना, अम्मा हुण गरीब इतनी हाँ, हुण मैनू कोई नहीं सजणे दा। सदका 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 जवानियां माणो, मां हुसैन दी इज्जत देवे। इज्जत दालियो बस याद रखिया है, बंद क्योंकि मैं पढ़िया ही रहा इहदा, इदा एक वैन सुनो। इज्जत दालियो औखे ते भावे सौखे जेवर लह गए, मैं जल्दी कर गया, मैं आख्या जेवर लह गए। दुनिया का कोई कैदी होवे ना जिंदे जेवर लवेन वह खुश होंदा है, भाई अजियत मुक गई है, कैद छुट गई है, वतन वैसा रिश्तेदार लवाना सन। अल्लाह दी कायनात दा पहला कैदी सजा दे, जिंदे जेवर लह गए वजन वध गया, तौक लथा ते दुख वध गया, मुद्दत बाद प्यो पुत्र तरतीब नाल टुर पैन। जिदे तरतीब नाल टुरे ना रत वधी हुई है। मैं कल ही आखे आई जुल्म ते बंदा रोवे ना तो पानी रोंद है, नकवी साहब जुल्म ते बंदा रोवे तो पानी रोंद है, सजाद जे जुल्म ते रोवे आ पानी रोवे आ, सजाद नो गैरत रोवाया है। इज्जत आलियो जद मां पुत्र नो टुरदा डिठा है ना ते मां दे पास, इज्जत आलियो मिंबर दी कसम है मां पुत्र नू टुरदा डिठा ते दुख वध गया, ते हौले हौले आवाज पैंदी है महारी बछड़ा बछड़ा दस्तूर कैद छुट वञे, हथ आजाद होवन, बंदा खुश होंदा है बछड़ा तेरी ए रत ही वध गई है ते दुख ही वध गई है, किहड़ा आजादार है जिहड़ा है नहीं करेंदा। मां दे पास वेख के ना हौले हौले आदा खड़ा, मां मंग दुआ इंशाल्लाह सजाद मर जावे, हाय बछड़ा मौत क्यों खड़ा मंगदे, हौले हौले आवाज दे के आदा मैं किवें मौत न मंगा, जिहड़ी रोज पुछदी आई ओ तो शाह विच मर गई है, अम्मा मैं मौत मंगदा है, अम्मा मैं जींदा वतन ते भी आवेंदा। मुख्तसर जिया काफला लेके इज्जत आलियो सजाद टुर पिया, मैं के मुख्तसर जिया काफला लेके रोज सुनना है ना, फितरत बन गई है लोगों की,
ਕੁਝ ਬੰਦੇ ਹੈਰਾਨ ਹੋ ਕੇ ਵੇਦਨ, ਮੈਂ ਕਿਹਾ ਮੁਖਤਸਰ 53 ਚੋਂ 3, 84 ਚੋਂ 9, 120 ਚੋਂ 12। ਮੈਂ ਇਹ ਗੱਲ ਪੇ ਕਰਦਾ ਤੇ ਇਮਰਾਨ ਸ਼ਾਹ ਬੂਰੇ ਵਾਲੇ ਵਾਲਾ ਮੈਨੂੰ ਬਹਾਦਰਪੁਰ ਪਿਆਦਾ, ਮੈਂ ਸੰਭਾਈ ਇੰਝ ਨਾ ਆਖ, ਇੰਝ ਆਖ ਜੋ ਸਜਾਦ ਫੁੱਫੀਆਂ ਦੇ ਜਨਾਜ਼ੇ ਲੈ ਕੇ ਵਲੇ ਹੈ। ਮੈਂ ਕਿਹਾ ਸ਼ਾਹ ਜੀ ਤੁਹਾਨੂੰ ਹੁਣ ਪਤਾ ਲੱਗਾ ਵੀ ਜਿੱਦਾਂ ਸ਼ਾਮ 'ਚ ਟੁੱਟੀਆਂ ਉੱਦਾਂ ਜਨਾਜ਼ੇ ਆਏ। ਮੈਂ ਕਿਹਾ ਸ਼ਾਹ ਜੀ ਮਸਤੂਰ ਦੀ ਮੌਤ ਹੁੰਦੀ ਹੈ ਹਵੇਲੀ 'ਚੋਂ ਬਹਿ ਰਾਵਣਾ, ਇਹ ਉੱਦਾਂ ਦੀਆਂ ਮਰ ਗਈਆਂ ਜਿੱਦਾਂ 28 ਰਜਬ ਦਾ ਮਦੀਨਾ ਛੋੜਿਆ ਨੇ। ਇੱਜ਼ਤ ਹੁਸੈਨ ਦੀ ਕਸਮ, ਬਸ ਮੁਖਤਸਰ ਜੇ ਉੱਠ ਉੱਠੇ ਸੱਜਾਦ ਦੀ ਆਵਾਜ਼ ਪੈਂਦਾ, ਮਦੋ ਰਾਹ ਪੈ ਫੁੱਟਦੇ, ਇੱਕ ਕਰਬਲਾ ਵਹਿੰਦਾ, ਇੱਕ ਮਦੀਨੇ ਵਹਿੰਦਾ। ਜਿਨ੍ਹਾਂ ਦੀ ਨਿੱਕੀ ਔਲਾਦ ਇਸ ਜੁਮਲੇ 'ਤੇ ਇਬਾਦਤ ਕਰੇ ਸਨ, ਪਿਛਲੇ ਮਾਮਲੇ 'ਚ ਹੌਲੇ ਹੌਲੇ ਆਵਾਜ਼ ਆਈ, ਹੈ ਬਛੜਾ ਕੋਈ ਉਹ ਰਾਹ ਨਹੀਂ ਜਿਹੜਾ ਗਰੀਬਾਂ ਨੇ ਕਬਰਿਸਤਾਨ ਵਹਿੰਦਾ ਹੋਵੇ। ਹਸਰਤ ਆਈ, ਮੈਂ ਮਾਂ ਦੀ ਮੰਦੀ ਦੀ ਜ਼ਵਾਰ ਬਣੀ ਵੰਜਾ। ਮਹਮਲ ਆ ਗਏ, ਹਰ ਜ਼ਾਕਿਰ ਤੂੰ ਸੁਣਿਆ ਹੀ ਅੱਜ ਮਹਮਲ ਬਾਂਦੇ ਵਧੇ ਐਨ, ਜਾਂ ਅਸਗਰ ਦੀ ਮਾਂ ਲੈ ਪਈ ਏ ਕਬਰ ਤੇ ਮੱਥਾ ਲਾ ਕੇ। ਜੁਮਲਾ ਮੇਰਾ ਨਹੀਂ, ਅੱਲਾ ਜ਼ਿੰਦਗੀ ਦਰਾਜ਼ ਕਰੇ, ਜ਼ਵਾਰ ਲਿਆ ਕਰ ਸਮਨ ਦਵਾਣੇ ਵਾਲੇ ਦੀ। ਜੁਮਲਾ ਇਤਨਾ ਵਜ਼ਨੀ, ਇੰਨਾ ਜਿਗਰ ਜ਼ਖਮੀ ਕਰ ਗਿਆ ਨਕਵੀ, ਤਨਹਾਈ ਅੱਜ ਯਾਦ ਆਉਂਦਾ, ਅੱਖ ਵਸ ਪਾਉਂਦੀ ਏ ਧੀ ਦੀ ਕਬਰ ਤੇ ਨਾ। ਮਾਂ ਇੰਝ ਆ ਬੈਠੀ ਏ, ਦੋਵੇਂ ਹੱਥ ਕਬਰ ਤੇ ਐਨ, ਰੋ ਰੋ ਕੇ ਗੱਲ ਬੈਠੀ ਕਰਦੀ ਹੈ, ਬਛੜਾ ਖੰਭਾਲ ਮੇਰੀ ਕੈਦ ਛੁੱਟ ਗਈ ਏ, ਬਛੜਾ ਮੇਰੇ ਜ਼ੇਵਰ ਲੈ ਗਏ, ਬਛੜਾ ਮੈਂ ਵਤਨ ਤੇ ਪਈ ਵਹਿੰਦੀ ਹਾਂ। ਅਜ਼ਾਦਾਰ ਹੋਵੇ ਹਾਏ ਨਕਰੇ, ਮੇਰਾ ਦਿਲ ਨਹੀਂ ਮੰਨਦਾ। ਕਬਰ 'ਚੋਂ ਹੌਲੇ ਹੌਲੇ ਆਵਾਜ਼ ਆਉਂਦੀ, ਅੰਮਾ ਮੁਬਾਰਕ ਹੋਵੀ ਤੇਰੇ ਜੀਂਦਿਆਂ ਲੈ ਗਏ, ਮੇਰੇ ਅਜੇ ਹੀ ਕਹਿ ਨਹੀਂ ਲਹਾਏ। ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ, ਹਾਏ ਕਰਨ ਵਾਲੇ ਮਾਂ ਹੁਸੈਨ ਦੀ ਇੱਜ਼ਤ ਦੇ ਮਨੇ ਬਈ। ਬਸ ਮੁਕਾਵਾਂ, ਮਾਂ ਦੀ ਹਾਲਤ ਵੇਖ ਕੇ ਨਾ ਸੱਜਾਦ ਅੱਗੇ ਵਧਿਆ, ਅੰਮਾ ਆ ਵਤਨ ਜੁਲਾਏ, ਅੰਮਾ ਮੋਇਆਂ ਨਾਲ ਮਰਦਾ ਕੋਈ ਨਹੀਂ। ਸੱਜਾਦ ਦੇ ਪਾਸੇ ਵੇਖ ਕੇ ਨਾ, ਅਦੀ ਇਮਾਮ ਏ, ਇਮਾਮ ਦਾ ਪੁੱਤਰ ਏ, ਹਿੱਕੇ ਗੱਲ ਦਾ ਜਵਾਬ ਦੇ, ਮੈਂ ਤੇਰੇ ਨਾਲ ਮਦੀਨੇ ਵਹਿੰਦੀ ਹਾਂ। ਹਾਂ ਅੰਮਾ ਕੀ ਪੁੱਛਣਾ ਚਾਹੁੰਦੀ ਹੈ, ਹੌਲੀ ਹੌਲੀ ਆਵਾਜ਼ ਪੈਂਦੀ, ਹਾਂ ਬਛੜਾ ਇਹ ਸ਼ਾਮ ਏ ਨਾ। ਹਾਂ ਅੰਮਾ ਸ਼ਾਮ ਏ, ਬੀਬੀ ਅਜੇ ਵੱਤ ਦੱਸਾ, ਇਹ ਸ਼ਾਮ ਏ, ਸ਼ਿਮਰ ਇੱਥਾਂ ਹੀ ਨਹੀਂ ਰਹਿੰਦਾ। ਹਾਂ ਅੰਮਾ ਇੱਥਾਂ ਹੀ ਰਹਿੰਦਾ, ਬੰਦਾ ਮਾਤਮੀ ਹੋਵੇ ਤੇ ਮਾਤਮ ਨਾ ਕਰੇ। ਮਾਂ ਦੀ ਗੱਲ ਸੁਣ ਕੇ ਸੱਜਾਦ ਦੀ ਰੱਤ ਵੱਧ ਗਈ ਆਈ, ਰੋ ਰੋ ਕੇ ਗੱਲ ਇਹ ਪਈ ਕਰਦੀ, ਹੈ ਬੱਚੜਾ ਇਨਸਾਫ ਤਾਂ ਕਰਨਾ, ਇਹ ਇਤਨੀ ਉਮਰ ਦੇ ਪੁੱਤਰ ਕੋਈ ਨਹੀਂ ਛੁੜੇਂਦਾ, ਮੈਂ ਧੀ ਛੋੜ ਕੇ ਵਤਨ ਪਈ ਵਹਿੰਦੀ ਹਾਂ। ਅਲਹਮਦੁਲਿਲਾ ਅਲਹਮਦੁਲਿਲਾ, ਮੁਖਤਸਰ ਜਿਹਾ ਕਾਫਲਾ ਲੈ ਕੇ ਸੱਜਾਦ ਇੱਜ਼ਤ ਵਾਲੇ ਮੁਸੱਈਬ ਮਕਾਮ 'ਤੇ ਆ ਰੁਕਿਆ, ਆਪਣੀ ਮਰਜ਼ੀ ਨਾਲ ਨਹੀਂ ਰੁਕਿਆ। ਫੁੱਫੇ ਦੀ ਗੱਲ ਸੁਣੀ, ਇੱਕ ਜ਼ਿੰਮੇਦਾਰ, ਇੱਕ ਕਿਤਾਬ ਦਾ ਨਾਂ ਹੈ ਮਜਾਲਿਸ ਮੁੰਤਜ਼ਰੀਨ, ਨਾਮ ਜਾਂਦਾ ਅਬੂ ਜਾਫਰ, 2 ਜਾਂ 4 ਮਿੰਟ ਦਾ ਵਹਿਣੇ ਮੈਂਬਰ ਬਜ਼ੁਰਗਾਂ ਦੇ ਹਵਾਲੇ। ਜਿੰਨੀ ਮਾਮਲਾ 'ਤੇ ਨਿਗਾਹ ਪਈ ਹੈ ਨਾ, ਅਜ਼ਾਦਾਰ ਹਾਈ ਕੋਈ ਵੇਲਾ ਯਾਦ ਆਇਆ, ਆਸਮਾਨ ਦਰ ਮੂੰਹ ਫਿਰ ਗਈ ਹੈ ਅਤੇ ਹੌਲੇ ਹੌਲੇ ਪੈਦਾ, ਹੈ ਮੇਰਾ ਅੱਲਾ ਇਹ ਹਰ ਕੋਈ ਤਵਲਿਆ ਵਹਿੰਦਾ, ਕਦਾਂ ਹੀ ਸੁਣ ਸਾਂ ਜੋ ਉਹ ਹੀ ਕੈਦ ਨਿਭਾ ਕੇ ਵਤਨ 'ਤੇ ਵੱਲ ਆਈਏ। ਇੱਕ ਗੱਲ ਆਉਣ ਦੀ ਮਾਂ ਸੁਣੀ, ਫਿਰ ਮੈਂ ਬਜਰਾ ਇੱਥਾਂ ਹੀ ਮਾਮਲ ਰੋਕ ਚ ਨਾ, ਲਗਵੰਜ ਅਜ਼ਾਦਾਰ ਨੂੰ ਸਾਡਾ ਮੇਰੀ ਲੁੱਟੀ ਚਾਦਰ ਨੂੰ ਵਧਰ ਹੁੰਦਾ, ਮੁੱਦਤ ਹੋ ਗਈ ਹੈ ਸਿੱਖ ਦੀ ਵਧੀਆਂ, ਮੈਨੂੰ ਕੋਈ ਅਕਬਰ ਦੀ ਮੁਕਾਂ ਨਹੀਂ ਦੇਵੇ ਆ। ਇੱਥਾਂ ਹੀ ਮਾਮਲ ਰੁਕ ਗਏ ਅਤੇ ਪਿਓ ਪੁੱਤਰ ਟੁਰ ਪਏ ਜ਼ਿੰਮੇਦਾਰ ਜ਼ਾਨੂੰ ਅਤੇ ਮੱਥਾ ਲਾ ਕੇ ਰੋਂਦਾ ਬੈਠਾ। ਇੱਜ਼ਤ ਹੁਸੈਨ ਦੀ ਕਸਮ, ਇਮਾਮ ਅੱਗੇ ਵਧੇ, ਇਮਾਮ ਦੀ ਆਵਾਜ਼ ਪਿਆਉਂਦੀ ਹੈ, ਜ਼ਿੰਮੇਦਾਰ ਮੇਰਾ ਸਲਾਮ ਹੋਵੀ, ਜ਼ਿੰਮੇਦਾਰ ਜ਼ਾਨੂੰ ਤੂੰ ਮੱਥਾ ਜਾ ਕੇ ਆਂਦਾ, ਜ਼ਈਫ ਮੇਰਾ ਹੀ ਸਲਾਮ ਹੋਵੀ, ਵਤਨ ਵਾਲਿਓ ਜ਼ਈਫ ਦਾ ਨਾਮ ਆਉਣਾ, ਰੱਤ ਵੱਧ ਗਈ ਏ, ਫਰਮਾਨ ਨਾਰਾਜ਼ ਨਾ ਹੋਵੇ, ਮੈਂ ਜ਼ਈਫ ਕੋਈ ਨਾ, ਮੈਂ ਬਿਮਾਰ ਹਾਂ,
ਆਦਬੀਏ ਜੇ ਬਿਮਾਰ ਆਵੇ ਆਦਰਾ ਇਲਾਜ ਕਰਾਵਾਂ। ਸੈਯਦਾ ਅੱਗੇ ਪੁੱਛਦਾ ਹੈ ਮੈਨੂੰ ਤਬੀਬ ਕੋਈ ਨਹੀਂ ਮਿਲਿਆ ਜਿਹੜਾ ਮੇਰਾ ਇਲਾਜ ਕਰਿਆ। ਆਦਬੀਏ ਕਿਸਮਤ ਤੈਨੂੰ ਮੇਰੇ ਕੋਲ ਲੈ ਆਈਏ, ਉਹ ਸਾਹਮਣੇ ਕਬਰਾਂ ਨਹੀਂ ਹੈ ਮੁਅੱਲਾ ਬਣ ਗਈ ਹੈ। ਇੱਥੇ ਉਹ ਤਬੀਬ ਸੁੱਤੇ ਹੋਏ ਨੇ ਜਿਹੜੇ ਇਲਾਜ ਅਰਸ਼ੀਆਂ ਦਾ ਕਰਦੇ ਨੇ। ਸ਼ੀਆ ਹੈ ਨਾ ਕਰੇ ਤਾਂ ਕੌਣ ਕਰੇ ਆ, ਮਿੰਬਰ ਦੀ ਕਸਮ ਇਹ ਗੱਲਾਂ ਕਰੇ ਦਰੀਆ ਇਮਾਮ ਦੇ ਰੱਦ ਵਧੀ ਹੋਈ ਹੈ। ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ ਨਰਵਾ ਜਿਵੇਂ ਮੈਂ ਜਾਣਦਾ ਇੰਜ ਤੂੰ ਹੀ ਨਹੀਂ ਜਾਣਦਾ, ਸੈਯਦਾ ਦਾ ਜਾਣਦਾ ਇਹਨਾਂ ਕੋਲ ਮੇਰਾ ਇਲਾਜ ਕੋਈ ਨਹੀਂ। ਕਦਮਾਂ ਤੇ ਹੱਥ ਲਾ ਗਿਆ ਦਾ ਦੱਸਾਂ ਤੇਰੀ ਮਰਜ਼ ਦਾ ਨਾਮ ਕਿਆ ਹੈ। ਸੈਯਦਾ ਦਾ ਜਿਗਰ ਤੇ ਹੱਥ ਰੱਖ, ਮੇਰੀ ਮਰਜ਼ ਦਾ ਨਾਮ ਹੈ ਗੈਰਤ। ਗੈਰਤ ਦਾ ਨਾਮ ਆਉਣਾ ਦਾ ਕਿੱਥੋਂ ਲੱਗੀ ਹੈ। ਸੈਯਦਾ ਦਾ ਬਾਜ਼ਾਰ ਦੱਸਾਵਾਂ, ਦਰਬਾਰ ਦੱਸਾਵਾਂ, ਪੈਸੇ ਗਿਣਾਵਾਂ। ਜਦੋਂ ਭੀੜ ਵੱਧਦੀ ਆ ਬਹਿ ਕੇ ਟੁਰਦੀ ਆਈ ਹੈ, ਪੱਥਰ ਮਰੇਂਦੇ ਆਏ ਨਾ ਦੇ ਰਜ ਰਜ ਮਾਰੋ ਮੇਰੇ ਛੁੜਾਵਣ ਲਈ ਮਾਰੇ ਗਏ। ਅਲਹਮਦੁਲਿਲਾ ਖਤਮ ਹੋ ਗਈ ਮਜਲਿਸ ਆਖਰੀ ਵੈਣ, ਮਿੰਬਰ ਦੀ ਕਸਮ ਕਿਵੇਂ ਆਇਆ ਹੈ। ਕੋਈ ਸ਼ੈ ਮੰਗਣੀ ਉਹ ਵੀ ਦੇਵਾਂ, ਰਾਹ ਪੁੱਛਣੋ ਵੀ ਦੱਸਾਂ। ਸੈਯਦਾ ਦਾ ਨਾ ਮੈਂ ਮੰਗਣਾ ਲਾ ਨਾ ਮੈਂ ਪੁੱਛਣਾ ਲਾ, ਆਇਆ ਕਿਉਂ ਹੈ ਸੈਯਦਾ ਦਾ ਮਿੰਨਤ ਲਾ। ਜਿਹੜਾ ਵੈਣ ਇੱਥੇ ਕੀਤਾ ਉਹ ਮਹਮਲ ਦੇ ਨੇੜੇ ਕਰ ਜਾ, ਇੱਜ਼ਤ ਵਾਲਿਓ ਅੱਗੇ ਸਜਾ ਦਈ ਪਿੱਛੇ ਜ਼ਿਮੀਦਾਰਾ। ਇੱਕ ਕਦਮ ਚਾਹੀਦਾ ਆਈ ਵਾਤਾ ਅਸਮਾਨ ਦਰ ਮੂੰਹ ਕਰ ਗਿਆ ਦਈ ਮੇਰਾ ਅੱਲਾ ਸ਼ਾਲਾਏ ਉਹ ਨਾ ਹੋਵੇ। ਟੁਰਦਾ ਆਇਆ ਰੋਂਦਾ ਆਇਆ ਮਹਮਲਾਂ ਦੇ ਨੇੜੇ ਆਖਣਾ, ਇਮਾਮ ਦੀ ਆਵਾਜ਼ ਆਉਂਦੀ ਹੈ ਫੁੱਫੀ ਅੰਮਾ ਜ਼ਿਮੀਦਾਰ ਆ ਗਈ ਆਈ ਆ। ਇੱਜ਼ਤ ਵਾਲਿਓ ਜਿਹੜੇ ਪਾਸੇ ਮਹਮਲ ਆਏ ਜ਼ਿਮੀਦਾਰ ਕਣ ਕੀਤੀ ਏ ਬੀਬੀਆ ਦੇ ਨੂੰ ਆਖੂ ਵੈਣ ਕਰੇ ਜਿਹੜਾ ਜਗੀਰਾਂ ਦੇ ਬੰਨੇ ਤੇ ਗੀਤਾ ਹੈ। ਜ਼ਿਮੀਦਾਰ ਦੀ ਆਵਾਜ਼ ਪਈ ਆਉਂਦੀ ਹੈ ਬੀਬੀ ਕੇ ਦੱਸਾਵਾਂ, ਜਾਣਦੇ ਹੋ ਸੋ ਸਾਡਾ ਇੱਕ ਬਾਦਸ਼ਾਹ ਜਿਹਦਾ ਨਾਂ ਹੁਸੈਨ ਆਈ ਉਹ ਸੋਹਣਾ ਪੀ ਵਸਦਾ। ਦੋ ਮੁਹਰਮ ਨੂੰ ਕਰਬਲਾ ਆਇਆ, ਸੱਤ ਨੂੰ ਪਾਣੀ ਬੰਦ ਹੋ ਗਿਆ, ਅੱਠ ਗੁਜ਼ਰੀ, ਨੌ ਦਹਵੀਂ ਦਲੀਆ। ਉਹਦੇ ਫਿਰਾਈ ਮਰ ਗਏ, ਉਹਦੇ ਮਹਿਮਾਨ ਮਰ ਗਏ। ਉਹਦੀ ਇੱਕ ਭੈਣਾ ਜਿਹਦਾ ਨਾਮ ਜ਼ੈਨਬ ਆਈ, ਉਹ ਕੈਦ ਹੋ ਕੇ ਸ਼ਾਮ ਗਈ ਆ। ਤੁਹਾਡੇ ਮਾਮਲਾ ਤੇ ਨਿਗਾਹ ਪਈਏ, ਮੈਨੂੰ ਕੋਈ ਵੇਲਾ ਯਾਦ ਆ ਮੈਂ ਖਿਆਲਾ ਹਰ ਕੋਈ ਵਲੇ ਵਹਿੰਦਾ ਹੈ ਕਦਮ ਸੁਣ ਸਾਂਝ ਕੈਦ ਨਿਭਾ ਕੇ ਵੱਲਾਈਏ। ਬੰਦਾ ਕਿਹੜਾ ਜਿਹੜਾ ਯਾਰ ਮਾਤਮ ਨਹੀਂ ਕਰੇਂਦਾ। ਚਾਰ ਦਫ਼ਾ ਵੈਣ ਕਰਨ ਦੇ ਬਾਅਦ ਜ਼ਿਮੀਦਾਰ ਚੁੱਪ ਕਰ ਗਈ ਆਏ, ਜਿਵੇਂ ਜੋ ਮਹਮਲ ਚ ਬੈਠੀ ਆਈਏ ਦੁਆ ਦੀ ਵੱਧ ਵੈਣ ਗਾਰ ਮੈਂ ਦੀ ਜੰਨਤ ਦੀ ਜ਼ਾਮਿਨਾ, ਜੰਨਤ ਦਾ ਨਾਮ ਬਣਾ ਦੇ ਅੱਲਾ ਦੇ ਨਾਂ ਤੇ ਰਸਾ, ਜਿਹੜੀ ਜੰਗਲ ਚ ਜੰਨਤ ਦੇਂਦੀ ਜ਼ੈਨਬੇ। ਇਮਾਮ ਦੀ ਆਵਾਜ਼ ਆਉਂਦੀ ਆਸ ਮੈਨੂੰ ਗੱਲ ਲਾਈਆ ਫਿਰਾਵਾਂ ਮੋਈ, ਕਦਮਾਂ ਤੇ ਹੱਥ ਲਾ ਗਿਆ ਦਾ ਤੇਰੇ ਚਿਹਰੇ ਤੇ ਝੂਠ ਨਹੀਂ ਜੁੜਦਾ। ਜੇ ਜ਼ੈਨਬੇ ਦੱਸਾ ਤੂੰ ਗਾਣੇ, ਸੈਯਦਾ ਦਾ ਮੈਨੂੰ ਸੁਣਾਣ ਮੈਂ ਤੇਰਾ ਚੌਥਾ ਇਮਾਮ ਆ। ਇਮਾਮ ਦਾ ਨਾਮ ਆਉਣਾ ਮਾਤਮ ਕਰ ਗਿਆ ਅੱਲਾ ਦੇ ਨਾਂ ਤੇ ਦੱਸਾ ਜਵਾਨ ਆਈ ਤੂੰ ਜ਼ਈਫ ਹੋ ਗਿਆ ਹੈ। ਸੈਯਦ ਦੀ ਆਵਾਜ਼ ਪਈ ਆਉਂਦੀ ਹੈ ਮੇਰੀ ਅਕਬਰ ਕਮਾਰ, ਉਹ ਦਰੋੜ ਗਿਆ ਮੇਰਾ ਹੋ ਗਿਆ ਚਮਾ, ਅਨ ਦਬਾਏ ਵਾ ਬਾਜ਼ਾਰ ਦਾ ਦਾਖਲਾ। ਅੱਲਾ ਅੱਲਾ ਨੂੰ